ਇੱਕ ਪਹਿਲਾਂ ਵੀ ਥੋੜ੍ਹਾ ਟਾਈਮ ਪਹਿਲਾਂ ਲਾਈਵ ਹੋਏ ਸੀਗੇ ਸਾਰੇ ਵੀਰਾਂ ਦੇ ਭੈਣਾਂ ਨੇ ਦੇਖਿਆ ਹੋਊਗਾ ਅਤੇ ਪ੍ਰਸ਼ਨ ਵੀ ਦਿੱਤੇ ਸੀ ਇੱਕ ਅਤੇ ਇੱਕ ਹੋਰ ਹੁਣ ਅਸੀਂ ਦੁਬਾਰਾ ਲਾਈਵ ਹੋਏ ਹਾਂ ਬਾਬਾ ਜੀ ਦੇ ਬਾਰੇ ਜਾਣਕਾਰੀ ਦੇ ਰਹੇ ਸੀ ਮਨੀਕ ਸਿੰਘ ਜੀ ਦੇ ਬਾਰੇ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਹਾਨੂੰ ਕਰਦਾ ਮਾੜੀ ਤੋਂ ਆਏ ਸੀ ਸਾਡੇ ਕੋਲ ਬਾਬਾ ਜੀ ਮੈਂ ਪਹਿਲਾਂ ਵੀ ਇਹਨਾਂ ਦੀ ਵੀਡੀਓ ਪਾਈ ਸੀ ਜਦੋਂ ਹੋਸਪਿਟਲ ਡੀ ਐਮ ਸੀ ਦੇ ਬੱਚੇ ਦਾਖਲ ਨੇ ਅਤੇ ਇਹਨਾਂ ਦਾ ਅਸੀਂ ਚੂੜੇ ਦਾ ਆਪਰੇਸ਼ਨ ਕਰਵਾਉਣ ਦੀ ਖਾਤਰ ਲੈ ਕੇ ਆਏ ਸੀ ਬਾਬਾ ਜੀ ਸਾਡੇ ਕੋਲ ਸਾਡੇ ਗਏ ਸੀ ਤਲਵਾਰ ਸਾਹਿਬ ਦੇ ਵਿੱਚ ਪਏ ਸੀ ਬਹੁਤ ਹੀ ਮਾੜੀ ਹਾਲਤ ਬਾਬਾ ਜੀ ਪਿੰਡ ਆਪਣੇ ਪਿੰਡ ਜਿਹੜੀ ਵਾਟਰ ਵਰਕਸ ਟੈਂਕੀ ਹੁੰਦੀ ਹੈ ਮੋਟਰ ਵਾਲਾ ਕਮਰਾ ਹੁੰਦਾ ਉੱਥੇ ਪਏ ਸੀ ਇਹ ਅਤੇ ਇਹਨਾਂ ਦਾ ਇੱਕ ਦੇਖ ਸਕਦੇ ਅੱਖ ਵੀ ਹੈ ਨਹੀਂ ਅਤੇ ਇੱਕ ਇਸੇ ਸਾਈਡ 'ਤੇ ਬਾਂਹ ਵੀ ਹੈ ਨਹੀਂ ਬਾਬਾ ਜੀ ਦੀ ਅਤੇ ਆਹ ਦੇਖੋ ਅਤੇ ਤੁਸੀਂ ਦੇਖ ਸਕਦੇ ਹੋ ਉਸੇ ਸਾਈਡ 'ਤੇ ਬਾਬਾ ਜੀ ਦਾ ਹੁਣ ਚੂੜਾ ਟੁੱਟ ਗਿਆ ਸੀਗਾ ਬਾਬਾ ਜੀ ਕੋਠੇ ਡਿੱਗ ਪਏ ਸੀ ਉੱਥੇ 3-4 ਮਹੀਨੇ ਪਹਿਲਾਂ ਤਾਂ ਉੱਥੇ ਲਵਾਰ ਸਾਹਿਬ 'ਚ ਪਏ ਬਾਬਾ ਜੀ ਨੂੰ ਪਿੰਡ ਦੇ ਵੀਰਾਂ ਨੇ ਸਾਨੂੰ ਕੁਛ ਫੋਨ ਕੀਤਾ ਫੇਸਬੁੱਕ 'ਤੇ ਨੰਬਰ ਦੇਖ ਕੇ ਤਾਂ ਸਾਡੇ ਕੋਲ ਛੱਡ ਕੇ ਗਏ ਸੀ ਬਾਬਾ ਜੀ ਨੂੰ ਅਤੇ ਬਾਬਾ ਜੀ ਦਾ ਇਲਾਜ ਕਰਵਾਉਣ ਦੀ ਖਾਤਰ ਅਸੀਂ ਦੀਪਕ ਹਸਪਤਾਲ 'ਚ ਬਾਬਾ ਜੀ ਨੂੰ ਐਡਮਿਟ ਕਰਵਾਇਆ ਸੀਗਾ ਤਾਂ ਬਾਬਾ ਜੀ ਆਪਰੇਸ਼ਨ ਲਈ ਅਸੀਂ ਕੁਛ ਕੰਟਰੀਬਿਊਟ ਕੀਤਾ ਸੀਗਾ 7 ਲੱਖ ਦਾ ਡਾਕਟਰ ਸਾਹਿਬ ਨੇ ਦੱਸਿਆ ਸੀ ਖਰਚਾ ਤਾਂ ਜਦੋਂ ਅਸੀਂ ਇਕੱਠੇ ਕਰਕੇ ਪੈਸੇ ਕੰਟਰੀਬਿਊਟ ਕਰਕੇ ਦਾਖਲ ਕਰਾਇਆ ਬਾਬਾ ਜੀ ਨੂੰ ਤਾਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆਪਰੇਸ਼ਨ ਤੋਂ ਪਹਿਲਾਂ ਅਨਥੀਸੀਅਸ ਵਗੈਰਾ ਦੇ ਸਾਰਿਆਂ ਨੇ ਚੈੱਕਅਪ ਕੀਤਾ ਬਾਬਾ ਜੀ ਦਾ ਤਾਂ ਬਾਬਾ ਜੀ ਨੂੰ ਇੱਕ ਪ੍ਰੋਬਲਮ ਆ ਗਈ ਜੀ ਬਾਬਾ ਜੀ ਦੀ ਜਿਹੜਾ ਲੰਗਜ਼ ਆ ਚੈਸਟ ਆ ਉਹ ਵੀ ਬਾਬਾ ਜੀ ਦੀ ਰਾਈਟ ਸਾਈਡ ਦੀ ਸ਼ਰਿੰਕ ਹੋਈ ਹੋਈ ਸੀਗੀ ਉਹ ਸ਼ੋਅ ਨਹੀਂ ਹੋ ਰਹੀ ਸੀਗੀ ਬੜੀ ਮਾੜੀ ਹਾਲਤ ਸੀ ਫਿਰ ਉਹਨਾਂ ਨੇ ਬਾਬਾ ਜੀ ਦੇ ਇੱਕ ਟਿਊਬ ਲਗਾ ਦਿੱਤੀ ਜਿਹਦਾ ਹੁਣ ਗੰਦਾ ਪਾਣੀ ਬਾਹਰ ਨਿਕਲਦਾ ਜੀ ਅਤੇ ਪਹਿਲਾਂ 2 ਲੱਗੀਆਂ ਸੀਗੀਆਂ ਹੁਣ ਉਹ ਕੱਢਤੀ ਹੁਣ ਇੱਕੋ ਹੀ ਰਹਿ ਗਈ ਹੈ ਜੀ ਅਤੇ ਉਹ ਬੜੀ ਕਾਫੀ ਟਾਈਮ ਲੱਗੀ ਰਹੀ ਉਹਦੇ ਨਾਲ ਪਾਣੀ ਕਾਫੀ ਨਿਕਲਿਆ ਅੰਦਰੋਂ ਗੰਦਾ ਅਤੇ ਪਰ ਉਹ ਸ਼ਰਿੰਕ ਹੋਈ ਹੋਈ ਜਿਹੜੀ ਇਹਨਾਂ ਦਾ ਲੰਗਜ਼ ਆ ਉਹ ਸਾਫ਼ ਨਹੀਂ ਹੋਇਆ ਉਹ ਡਾਕਟਰ ਸਾਹਿਬ ਨੇ ਦੱਸਿਆ ਵੀ 3 ਕਈ ਥਾਵਾਂ 'ਤੇ ਅਲੱਗ ਅਲੱਗ ਥਾਵਾਂ 'ਤੇ ਥੋੜ੍ਹਾ ਥੋੜ੍ਹਾ ਪਾਣੀ ਖੜ੍ਹਾ ਬਾਬਾ ਜੀ ਦੇ ਚੈਸਟ ਦੇ ਵਿੱਚ ਤਾਂ ਫਿਰ ਉਹਨਾਂ ਨੇ ਸਾਨੂੰ ਡੀ ਐਮ ਸੀ ਰਿਕਮੈਂਡ ਕੀਤਾ ਸੀਗਾ ਹੁਣ ਅਸੀਂ ਇੱਥੇ ਡੀ ਐਮ ਸੀ ਡਾਕਟਰ ਯੂ ਪੀ ਸਿੱਧੂ ਆ ਜੀ ਅਤੇ ਸਿੱਧੂ ਡਾਕਟਰ ਨੇ ਚੈਸਟ ਦੇ ਸਪੈਸ਼ਲਿਸਟ ਅਸੀਂ ਉਹਨਾਂ ਦੇ ਅੰਡਰ ਐਡਮਿਟ ਹੋਏ ਸੀਗੇ ਤਾਂ ਚੈੱਕਅਪ ਸਾਨੂੰ ਇੱਦਾਂ ਸੀਗਾ ਵੀ ਨਾਲ ਔਰਥੋ ਦਾ ਵੀ ਡਾਕਟਰ ਆ ਜਿਹੜੇ ਉਹਨਾਂ ਨੂੰ ਵੀ ਅਸੀਂ ਕੰਸਰਨ ਕੀਤਾ ਸੀ ਅਤੇ ਡਾਕਟਰ ਜਸਪਾਲ ਨੇ ਵੀ ਸਰਜਨ ਜਿਨ੍ਹਾਂ ਨੇ ਸਾਨੂੰ ਅਡਵਾਈਸ ਦਿੱਤੀ ਆ ਵੀ ਬਾਬਾ ਜੀ ਦਾ ਆਪਰੇਸ਼ਨ ਕਰਨਾ ਪੈਣਾ ਚੈਸਟ ਦਾ ਸਫਾਈ ਕਰਨ ਦੀ ਖਾਤਰ ਅਤੇ ਅਸੀਂ ਜਿਹੜੀ ਸਭ ਤੋਂ ਜ਼ਰੂਰੀ ਗੱਲ ਅਸੀਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਉਹ ਹੁਣ ਪਹਿਲਾਂ ਅਸੀਂ ਦੀਪਕ ਹੋਸਪਿਟਲ ਤੋਂ ਇਲਾਜ ਕਰਵਾਉਂਦੇ ਸਾਰੇ ਬਾਬਾ ਜੀ ਦਾ ਅਤੇ ਉਹ ਸਾਰੇ ਵੀਰਾਂ ਨੂੰ ਪਤਾ ਹੀ ਹੈ ਜਿਵੇਂ ਸਾਡੇ ਪੇਸ਼ੈਂਟ ਉੱਥੇ ਜ਼ਿਆਦਾ ਦਾਖਲ ਹੁੰਦੇ ਆ ਅਤੇ ਹੁਣ ਇੱਥੇ ਡਾਕਟਰਾਂ ਨੇ ਦੱਸਿਆ ਜੀ ਟ੍ਰੀਟਮੈਂਟ ਦੇ ਵਿੱਚ ਇਲਾਜ ਦਾ ਖਰਚਾ ਜਿਹੜਾ 1 ਲੱਖ ਰੁਪਇਆ ਚੈਸਟ ਦਾ ਇਕੱਲੇ ਦਾ ਖਰਚਾ ਹੁਣ ਅਤੇ 1.5 ਤੋਂ 2 ਲੱਖ ਰੁਪਇਆ ਜਿਹੜਾ ਇਹਨਾਂ ਦਾ ਚੂੜੇ ਦਾ ਹੈਗਾ ਖਰਚਾ ਨਵਾਂ ਪਾਉਣ ਦਾ ਉਹ ਹੈ ਜੀ ਅਤੇ ਅਸੀਂ ਸਾਡੀ ਸੰਸਥਾ ਇਸ ਚੀਜ਼ ਦੇ ਇੰਨੇ ਸਮਰੱਥ ਨਹੀਂ ਹੈਗੀ ਕਿ ਅਸੀਂ ਇਹਨਾਂ ਦਾ ਇੰਨਾ ਖਰਚ ਕਰ ਸਕੀਏ ਅਸੀਂ ਇਸ ਕਰਕੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਨਾ ਇਲਾਜ ਦੇ ਵਿੱਚ ਜ਼ਰੂਰ ਮਦਦ ਕੀਤੀ ਜਾਵੇ ਜੀ ਇਹਨਾਂ ਦੀ ਜ਼ਰੂਰ ਸਪੋਰਟ ਕੀਤੀ ਜਾਵੇ ਵੀ ਇਹਨਾਂ ਦਾ ਇਲਾਜ ਹੋ ਸਕੇ ਜੀ ਅਤੇ ਇਸ ਕਰਕੇ ਅਸੀਂ ਵੀਰਾਂ ਦੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਬਾਬਾ ਜੀ ਬੜੀ ਮਾੜੀ ਹਾਲਤ 'ਚ ਆ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੀ ਕੱਖ ਵੀ ਹੈ ਨਹੀਂ ਇੱਕ ਲੱਤ ਬਾਂਹ ਵੀ ਹੈ ਨਹੀਂ ਤਾਂ ਇੱਕ ਲੱਤ ਵੀ ਇਸ ਟਾਈਮ ਡੈਮੇਜ ਹੋਈ ਹੈ ਚੂੜਾ ਟੁੱਟਿਆ ਹੋਇਆ ਬਾਬਾ ਜੀ ਦਾ ਅਤੇ ਇਸ ਕਰਕੇ ਇਹਨਾਂ ਦਾ ਹੈਲਪ ਕਰਨੀ ਆਪਣਾ ਇਨਸਾਨੀਅਤ ਦਾ ਧਾਰਨਾ ਜੀ ਕਰਨੀ ਚਾਹੀਦੀ ਹੈ ਇੱਦਾਂ ਦੇ ਲੋੜਵੰਦ ਬੰਦਿਆਂ ਦੀ ਹੈਲਪ ਜੀ ਸਾਰੇ ਵੀਰਾਂ ਨੂੰ ਰਲ ਮਿਲ ਕੇ ਅਸੀਂ ਵੀ ਕੁਛ ਕੰਟਰੀਬਿਊਟ ਕੀਤਾ ਅਸੀਂ 1.25 ਲੱਖ ਰੁਪਇਆ ਬਾਬਾ ਜੀ ਦੀ ਖਾਤਰ ਇੰਤਜ਼ਾਮ ਕਰਕੇ ਰੱਖਿਆ ਸੀਗਾ ਆਪਰੇਸ਼ਨ ਦੀ ਖਾਤਰ ਪਰ ਹੁਣ ਜਿਹੜੀ ਚੈਸਟ ਵਾਲੀ ਪ੍ਰੋਬਲਮ ਆ ਗਈ ਹੈ ਬਾਬਾ ਜੀ ਦੀ ਇਹ ਕਾਫੀ ਜ਼ਿਆਦਾ ਵਾ ਅਤੇ ਇਹਨਾਂ ਦੇ ਵਾਸਤੇ ਜਿਹੜਾ ਖਰਚਾ ਬਾਬਾ ਜੀ 'ਤੇ ਆ ਰਿਹਾ ਉਹ ਅਸੀਂ ਹੁਣ ਕੁਛ ਮੈਨੇਜ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜੇ ਹੋ ਸਕਿਆ ਬਾਬਾ ਜੀ ਦੀ ਸਪੋਰਟ ਜ਼ਰੂਰ ਕਰੋ ਇਸ ਕੰਮ ਦੇ ਵਿੱਚ ਦਾਖਲ ਕਰਾਇਆ ਗਿਆ ਸਬਜ਼ੀ ਲਈ ਸਬਜ਼ੀ ਦੇ ਵਾਰਡ ਦੇ ਵਿੱਚ ਨੇ ਸਬਜ਼ੀ ਦਾ ਜਿਹੜੇ ਐਚ ਓ ਡੀ ਉਹਨਾਂ ਦੇ ਇਹਨਾਂ ਦਾ ਇਲਾਜ ਹੋ ਰਿਹਾ ਜੀ ਅਤੇ ਕੱਲ੍ਹ ਆਪਰੇਸ਼ਨ ਕਰਵਾਉਣ ਵਾਲੇ ਡਾਕਟਰ ਸਾਹਿਬ ਨੇ ਦੱਸਿਆ ਵੀ ਕੱਲ੍ਹ ਨੂੰ ਆਪਰੇਸ਼ਨ ਕਰਵਾਓ ਰੈਸਟ ਵਗੈਰਾ ਕਰਵਾ ਰਹੇ ਕਰਵਾਉਣਾ ਇਹਨਾਂ ਡੀ ਐਮ ਸੀ ਦੇ ਵਿੱਚ ਹੀ ਜੀ ਅਸੀਂ ਇਸਕਾ ਐਕਸਰੇ ਤਾਂ ਮਿਲਾ ਨਹੀਂ ਨਾ ਆਪਕੋ ਇਸਕਾ ਐਕਸਰੇ ਚਲਾ ਨਹੀਂ ਸਰ ਕਿ ਮੈਨੂੰ ਵੀ ਪਤਾ ਨਹੀਂ ਲੱਗਾ